ਸਾਡੇ ਨਾਲ ਫੋਨ ਲਾਈਨ ਤੇ ਐਡਵੋਕੇਟ ਰਠੌਰ ਮੌਜੂਦ ਨੇ ਜੋ ਜਨਕਪੁਰੀ ਪੁਲਿਸ ਸਟੇਸ਼ਨ ਹੈ ਜਿੱਥੇ ਪੰਜਾਬ ਪੁਲਿਸ ਦੇ ਡੀਐਸਪੀ ਨੂੰ ਡਿਟੇਨ ਕਰਕੇ ਰੱਖਿਆ ਹੋਇਆ ਉਹਨਾਂ ਦੇ ਨਾਲ ਇਹ ਪੰਜਾਬ ਸਰਕਾਰ ਦੀ ਟੀਮ ਹੈ ਜਿੱਥੇ ਐਡਵੋਕੇਟ ਰਠੌਰ ਨੇ ਰਠੌਰ ਸਾਹਿਬ ਉਹ ਥਾਣੇ ਵਿੱਚ ਬੈਠੇ ਹੋਏ ਨੇ ਹਰਮਨ ਰਠੌਰ ਸਾਹਿਬ ਕੀ ਇਨਸੀਡੈਂਟ ਬਣਿਆ ਡੀਐਸਪੀ ਸੰਧੂ ਨੂੰ ਡਿਟੇਨ ਕੀਤਾ ਗਿਆ ਦਿੱਲੀ ਪੁਲਿਸ ਦੇ ਵੱਲੋਂ ਹਾਂਜੀ ਡੀਐਸਪੀ ਸਾਹਿਬ ਨੂੰ ਅਰਲਵਾਂ ਦੇ ਨਾਲ ਇੱਕ ਐਸਆਈ ਅਤੇ ਕਾਂਸਟੇਬਲ ਇਹਨਾਂ ਨੂੰ ਸਵੇਰ ਦੇ 8 ਵਜੇ ਤੋਂ ਲੈ ਕੇ ਤੱਕ ਪੁਲਿਸ ਸਟੇਸ਼ਨ ਜਨਕਪੁਰੀ ਚ ਬਿਠਾਇਆ ਹੋਇਆ ਹੈ ਇਹ ਸਵੇਰੇ ਤਜਿੰਦਰਪਾਲ ਬੱਗਾ ਨੂੰ ਅਰੈਸਟ ਕਰਨ ਆਏ ਸੀ ਜਿਨ੍ਹਾਂ ਨੂੰ 5 ਵਾਰ ਉਹ ਪਹਿਲਾਂ ਨੋਟਿਸ ਦੇ ਚੁੱਕੇ ਸੀ ਜੀ ਅਪੀਅਰ ਹੋਣ ਵਾਸਤੇ ਉਹ ਅਪੀਅਰ ਨਹੀਂ ਹੋ ਰਹੇ ਸੀ ਇਸ ਕਰਕੇ ਪੰਜਾਬ ਪੁਲਿਸ ਉਹਨਾਂ ਨੂੰ ਅਰੈਸਟ ਕਰਨ ਆਈ ਸੀ ਅੱਜ ਥਾਣੇ 'ਚ ਇਨਫੋਰਮੇਸ਼ਨ ਦੇਣ ਵਾਸਤੇ ਡੀਐਸਪੀ ਸਾਹਿਬ ਦੇ ਨਾਲ ਦੋ ਸਟਾਫ ਹੋਰ ਆਏ ਸੀ खिलाफ दर्ज की है जिसमें 295 ए भी दसिया जा रहा है 452 या किडनैपिंग का केस जिन्होंने आप मुख्य तौर पर देख रहे हैं उस एफ आई आर भी रिलेट किया जा रहा है इन्होंने डिटेंशन नहीं सानू कुछ नहीं बताया गया सानू ऑफिशियली अजे तक कुछ नहीं दसा गया कि इन्हों क्यों बिठाया गया कोई एफ आई आर है कोई मुकदमा है कुछ भी है सानू इस बारे अजे कोई नॉलेज नहीं है ऑफिशियली सानू कोई इन्फॉर्मेशन नहीं दी गई असि 10:30 बजे तो लैके हूं तक इतने ही बैठे हैं साडे नाल ही इतने साडे लोकल एमएलए साहब है एसपी जो भी बैठे हैं होर भी कुछ बंदे बैठे हैं इतने असि इन्हों के डीएसपी साहब के नाल ही बैठे हैं दैनिक सवेरा टीवी अज सवेर तो ही दसा जा रहा है कि तुहानू जनकपुरी पुलिस थाने ने डिटेन किया होया है की हैगा पूरा इंसिडेंट तुसी सानू विस्तार नाल सवेर तो लैके हुण तक की होया ये दस सकदे हो ਹਾਂਜੀ ਹਾਂਜੀ ਸਾਡੀ ਟੀਮ ਮੋਹਾਲੀ ਤੋਂ ਆਈ ਸੀ ਇੱਥੇ ਰੇਡ ਕਰਕੇ ਅਰੈਸਟ ਕਰਨਾ ਸੀ ਆਪਣਾ ਅਮਰਿੰਦਰ ਸਿੰਘ ਬੱਗੇ ਉਹਦੇ ਖਿਲਾਫ਼ ਮੁਕੱਦਮਾ ਦਰਜ ਸਾਡੇ ਕੋਲ ਤੇ ਅਸੀਂ ਇੱਥੇ ਥਾਣੇ ਵਿੱਚ ਇਨਫੋਰਮੇਸ਼ਨ ਦੇਣ ਵਾਸਤੇ ਆਏ ਸੀ ਕਿ ਅਸੀਂ ਰੇਡ ਕਰਨ ਵਾਸਤੇ ਆਏ ਹਾਂ ਤੇ ਆਹ ਬੰਦਾ ਅਰੈਸਟ ਕਰਨਾ ਇੱਕ ਪਾਰਟੀ ਸਾਡੀ ਉੱਥੇ ਵੇਟ ਕਰ ਰਹੀ ਸੀ ਵੀ ਤੁਸੀਂ ਉਦੋਂ ਪੁਲਿਸ ਪਾਰਟੀ ਲੈ ਕੇ ਆਓ ਅਪਡੇਟ ਕਰਾਂਗੇ ਇਹ ਸਾਨੂੰ ਇੱਥੇ ਜਦੋਂ ਥਾਣੇ ਆਏ ਸਰ ਇਹਨਾਂ ਨੇ ਸਾਡੀ ਨਾਂ ਤਾਂ ਐਂਟਰੀ ਕੀਤੀ ਹੈ ਕਿਤੇ ਦਲੇਰ ਟੈਕਸ ਵਰਤਣ ਲੱਗ ਗਏ ਸਾਨੂੰ ਕਹਿੰਦੇ ਬੈਠ ਜਾਓ ਤੁਸੀਂ ਕਰਦੇ ਆ ਦੂਜੇ ਪਾਸੇ ਜਿਹੜਾ ਦੋਸ਼ੀ ਸੀ ਉਹ ਭੱਜਣ ਲੱਗਿਆ ਸੀ ਉਹਨੂੰ ਸਾਡੀ ਦੂਜੀ ਪਾਰਟੀ ਨੇ ਰੇਡ ਕਰਕੇ ਉਹਨੂੰ ਫੜ ਲਿਆ ਜੀ ਉਦੋਂ ਅਰੈਸਟ ਕਰਕੇ ਉੱਥੋਂ ਲੈ ਕੇ ਸਾਰੋ ਇਹਨਾਂ ਨੇ ਇੱਥੇ ਡਿਟੇਨ ਕਰ ਲਿਆ ਸਵੇਰ ਦਾ ਕਿੰਨੇ ਵਜੇ ਦਾ ਸਮਾਂ ਹੈ ਕਿੰਨੇ ਘੰਟੇ ਹੋ ਚੁੱਕੇ ਨੇ ਤੁਹਾਨੂੰ ਇੱਥੇ ਬੈਠੇ ਹੋਏ ਸਾਨੂੰ ਜੀ 7 ਘੰਟੇ ਹੋ ਗਏ ਜੀ 8 ਵਜੇ ਤੋਂ ਇੱਥੇ ਬੈਠੇ ਆ ਤੇ 3 ਵਜੇ ਤੇ ਤੁਹਾਨੂੰ ਦਿੱਲੀ ਪੁਲਿਸ ਵੱਲੋਂ ਕਿਹਾ ਕੀ ਜਾ ਰਿਹਾ ਕਿ ਕਿਉਂ ਤੁਹਾਨੂੰ ਬਿਠਾ ਕੇ ਰੱਖਿਆ ਹੋਇਆ ਇੱਥੇ ਉਹਨੂੰ ਛੱਡ ਦਿਓ ਕਹਿੰਦੇ ਤੁਸੀਂ ਉਹਨੂੰ ਛੱਡ ਦਿਓ ਬਸ ਪ੍ਰੈਸ਼ਰਾਈਜ਼ ਕਰ ਰਹੇ ਕੀ ਵਤੀਰਾ ਕੀ ਹੈ ਕਿਸ ਤਰ੍ਹਾਂ ਦਾ ਰਵਈਆ ਹੈ ਦਿੱਲੀ ਪੁਲਿਸ ਦਾ ਤੁਹਾਡੇ ਨਾਲ ਡਿਟੇਨ ਡਿਟੈਂਸ਼ਨ ਨੂੰ ਆਪਾਂ ਕਿਵੇਂ ਸਮਝੀਏ ਤੁਸੀਂ ਇਹ ਕਹਿ ਰਹੇ ਹੋ ਜਾਣਕਾਰੀ ਦੇਣ ਗਏ ਇੱਕ ਪੁਲਿਸ ਦੂਜੀ ਪੁਲਿਸ ਵਾਲੇ ਨਾਲ ਕਿਵੇਂ ਦਾ ਰਵਈਆ ਅਪਣਾ ਰਹੇ ਕਿਉਂਕਿ ਤੁਸੀਂ ਵੀ ਅਫੀਸ਼ੀਅਲ ਡਿਊਟੀ ਤੇ ਸੀਗੇ ਕੀ ਤੁਹਾਨੂੰ ਬਾਹਰ ਨਹੀਂ ਜਾਣ ਦੇ ਰਹੇ ਕੀ ਹੋਏ ਕਹਿ ਕੀ ਰਹੇ ਨੇ ਸਾਨੂੰ ਬਾਹਰ ਨਹੀਂ ਜਾਣ ਦੇ ਰਹੇ ਫਿਰ ਰੋਕ ਕੇ ਰੱਖਿਆ ਅੰਦਰ ਦੇ ਆਫਿਸ ਚ ਬੈਠੇ ਆ ਤੁਹਾਡਾ ਮੋਬਾਈਲ ਫੋਨ ਤੁਹਾਡੇ ਕੋਲ ਹੈ ਤੁਸੀਂ ਆਪਣੇ ਆਲਾ ਅਫਸਰਾਂ ਨਾਲ ਸੰਪਰਕ ਕਰ ਪਾ ਰਹੇ ਹੋ ਸਵੇਰ ਤੋਂ ਅਸੀਂ ਸਾਡਾ ਕੰਟੈਕਟ ਦੇ ਵਿੱਚ ਅਸੀਂ ਦੱਸਤਾ ਵੀ ਸਾਡੇ ਕੋਲ ਦੱਸ ਦਿੱਤੀ ਮੋਬਾਈਲ ਵਗੈਰਾ ਤੁਹਾਨੂੰ ਦਿੱਤਾ ਹੋਇਆ ਇਹਨਾਂ ਨੇ ਹਾਂਜੀ ਹਾਂਜੀ ਮੋਬਾਈਲ ਸੰਧੂ ਸਾਹਿਬ ਲੱਗਦਾ ਕੀ ਹੈ ਕਿਉਂ ਇਹ ਕਾਰਨ ਬਣਿਆ ਔਰ ਜਿਸ ਤਰ੍ਹਾਂ ਕਿਡਨੈਪਿੰਗ ਦਾ ਮਾਮਲਾ ਦਰਜ ਕੀਤਾ ਹੋਇਆ ਹੈ ਪੰਜਾਬ ਪੁਲਿਸ ਤੇ ਹੀ ਲੱਗਦਾ ਕਿ ਤੁਹਾਡੀਆਂ ਮੁਸ਼ਕਲਾਂ ਇਸ ਤਰ੍ਹਾਂ ਵੱਧ ਸਕਦੀਆਂ ਨੇ ਜੇ ਪੰਜਾਬ ਪੁਲਿਸ ਨੇ ਜਲਦ ਕੋਈ ਐਕਸ਼ਨ ਨਾ ਲਿਆ ਹਾਲਾਂਕਿ ਪੰਜਾਬ ਪੁਲਿਸ ਹਾਈਕੋਰਟ ਜਾ ਰਹੀ ਹੈ जनकपुरी पुलिस स्टेशन रखा गया लाइव गलबात ने दसिया कि 7 घंटे तो वध दा समा हो चुकी है दो टीमां सन रात नूं टीमां इत्थों रवाना हुई ने दो टीमां सन पंजाब पुलिस दीआं एक टीम अरेस्ट करन गई ਤਜਿੰਦਰਪਾਲ ਸਿੰਘ ਬੱਗਾ ਨੂੰ ਦੂਜੀ ਟੀਮ ਇਤਲਾਹ ਦੇਣ ਗਈ ਦਿੱਲੀ ਪੁਲਿਸ ਨੂੰ ਜਨਕਪੁਰੀ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੀ ਟੀਮ ਪੁਲਿਸ ਸਟੇਸ਼ਨ ਦੇ ਵਿੱਚ ਇਤਲਾਹ ਦੇਣ ਗਈ ਉਹਨਾਂ ਨੂੰ ਹੀ ਉੱਥੇ ਬਿਠਾ ਕੇ ਰੱਖ ਲਿਆ